ਮੈਂ ਸ਼ੁਰੂਆਤ ਦੇ ਵਿੱਚ ਪੜ ਰਿਹਾ ਸੀਗਾ ਸਾਨੂੰ ਕਿਸੇ ਨੇ ਮੈਸੇਜ ਭੇਜਿਆ ਅਸੀਂ ਉਹਦਾ ਨਾਂ ਤੇ ਨਹੀਂ ਚਲੋ ਜਨ ਤੱਕ ਕਰ ਸਕਦੇ ਕੋਈ ਮੁਲਾਜ਼ਮ ਹੈ ਜੀ ਜੀ ਤਾਂ ਕਰਿਆ ਕਿ ਪਟਿਆਲਾ ਮਾਰਕਫੈਟ ਦਫਤਰ ਕੋਆਪਰੇਟਿਵ ਵੀਕ ਮਤਲਬ ਕਿ ਸਹਿਕਾਰੀ ਹਫਤਾ ਜਿਹੜਾ ਮਨਾਇਆ ਗਿਆ ਜੀ ਉਹਦਾ ਬੋਰਡ ਅੰਗਰੇਜ਼ੀ ਚ ਲਿਖਿਆ ਹੋਇਆ ਸੀਗਾ ਤਾਂ ਕੁਝ ਲੋਕਾਂ ਨੇ ਸੁਝਾਅ ਵੀ ਦਿੱਤਾ ਕਿ ਇਹਨੂੰ ਪੰਜਾਬੀ ਚ ਕਰ ਦਿਓ ਮਾਰਕਫੈਟ ਸਾਡਾ ਜਿਹੜਾ ਆਪਣਾ ਅਦਾਰਾ ਆ ਪਰ ਉਹਨਾਂ ਨੇ ਜਿਉਂ ਦਾ ਤਿਉਂ ਹੀ ਲਿਖਿਆ ਉਹਦੇ ਤੇ ਇਸ ਤਰ੍ਹਾਂ ਉਕਰਿਆ ਹੋਇਆ ਵੈਲਕਮ 69th ਆਲ ਇੰਡੀਆ ਕੋਆਪਰੇਟਿਵ ਵੀਕ ਅੱਛਾ ਜੀ ਹਾਂ ਜੀ 14 ਤੋਂ 20 ਨਵੰਬਰ 2022 ਤਾਂ ਇਹ ਹੈ ਅਮਲ ਮੈਂ ਕੱਲ ਵੀ ਗੱਲ ਕਹੀ ਸੀਗੀ ਕਿ ਐਲਾਨ ਤੇ ਅਮਲ ਦੇ ਵਿੱਚ ਬੜਾ ਅੰਤਰ ਰਹਿ ਜਾਂਦਾ ਕਈ ਵਾਰੀ ਜੀ ਬਹੁਤ ਵੱਡਾ ਅੰਤਰ ਰਹਿ ਜਾਂਦਾ ਤਾਂ ਲੱਗਦਾ ਛੋਟਾ ਜਿਹਾ ਪਰ ਉਹ ਫਰਕ ਇਸ ਅੰਤਰ ਨੂੰ ਬਿਲਕੁਲ ਪ੍ਰਭਾਸ਼ਿਤ ਕਰਕੇ ਤੇ ਬਿਲਕੁਲ ਜਿਦਾ ਕਹਿੰਦੇ ਨਾ ਸਬੂਤ ਦੇ ਤੌਰ ਤੇ ਰੱਖ ਦਿੱਤਾ ਕਿਸੇ ਪੰਜਾਬੀ ਨੇ ਕਿ ਹਾਲੇ ਉਹ ਮਸਲਾ ਦੂਰ ਨਹੀਂ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਵਿਸ਼ੇਸ਼ ਤੌਰ ਤੇ ਬਿਲਕੁਲ ਬਿਲਕੁਲ ਮਿੰਟੂ ਜੀ ਪਹਿਲਾਂ ਖੈਰਾ ਤੁਸੀਂ ਵੀ ਗੱਲ ਕਹੀ ਸੀ ਕਿ ਸ਼ੁਰੂਆਤ ਕਰਨੀ ਹੈ ਪਹਿਲਾਂ ਸਰਕਾਰੀਆਂ ਤੋਂ ਕਰ ਲੋ ਬਾਅਦ ਦੇ ਵਿੱਚ ਇੱਧਰ ਆ ਜਿਓ ਜੀ ਬਿਲਕੁਲ ਸਰਕਾਰ ਦੀਆਂ ਵੈਬਸਾਈਟਾਂ 'ਤੇ ਮਿੰਟੂ ਜੀ ਕਈ ਹੋਣਗੀਆਂ ਪਰਚੋਲ ਕਰੋਗੇ ਤਾਂ ਜਾਂ ਦੇਖਾਂਗੇ ਤਾਂ ਉਹ ਅੰਗਰੇਜ਼ੀ ਦੇ ਵਿੱਚ ਅਪਡੇਟ ਹੀ ਨਹੀਂ ਹੈਗੇ ਵਰਜ਼ਨ ਜਾਂ ਉਹ ਮਤਲਬ ਜਿਹੜਾ ਪੰਜਾਬੀ ਵਾਲਾ ਇਹਨਾਂ ਦਾ ਵੇਰੀਐਂਟ ਹੁੰਦਾ ਜੀ ਵੈਬਸਾਈਟਸ 'ਤੇ ਬਹੁਤ ਸਾਰਿਆਂ ਦਾ ਉਹ ਹੋਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵੈਬਸਾਈਟ لازمی ਹੋਣੀ ਚਾਹੀਦੀ ਆ ਕਿਉਂਕਿ ਆਮ ਤੌਰ ਤੇ ਜੇ ਪੰਜਾਬੀ ਕਿਤੇ ਜਾਏਗਾ ਤਾਂ ਕਈ ਵਾਰ ਅੰਗਰੇਜ਼ੀ ਦਿੱਕਤ ਪੈਦਾ ਕਰ ਦਿਆ ਜੀ ਤਿੰਨੇ ਹੀ ਹੋਣੇ ਚਾਹੀਦੇ ਵੈਸੇ ਤਾਂ ਹਿੰਦੀ ਵੀ ਹੋਣੀ ਚਾਹੀਦੀ ਆ ਤਾਂ ਸਾਡੇ ਬਹੁਤ ਸਾਰੇ ਪੰਜਾਬੀ ਹਿੰਦੀ ਵੀ ਪੜਦੇ ਨੇ ਜ਼ਿਆਦਾਤਰ ਚਲੋ ਖੈਰ ਜਿਹੜਾ ਜਿਹੜੇ ਦੋ ਵੇਰੀਐਂਟ ਚਾਹੋ ਤਾਂ ਪੂਰੇ ਕਰ ਦਿਓ ਤਾਂ ਘੱਟਾ ਹਾਂਜੀ ਜਿਹੜਾ ਜੋ ਤੁਹਾਡੇ ਕੋਲ ਦੋ ਹੈਗੇ ਨੇ ਜਿਹੜੇ ਦੋ ਵਰਜ਼ਨ ਨੇ ਉਹਨਾਂ ਦੇ ਤਾਂ ਉਹ ਤੇ ਤੁਸੀਂ ਬਿਲਕੁਲ ਅਪਡੇਟ ਰੱਖੋ ਨਾ ਜੇ ਤੁਸੀਂ ਉਹ ਅਪਡੇਟ ਨਹੀਂ ਕਰ ਪਾ ਰਹੇ ਤੁੱਕੇ ਕਿਤੇ ਨਾ ਕਿਤੇ ਪ੍ਰੋਬਲਮ ਤੇ ਤੁਹਾਡੇ ਤੋਂ ਹੀ ਸ਼ੁਰੂ ਹੁੰਦੀ ਆ ਕਿਤੇ ਨਾ ਕਿਤੇ ਸਮੱਸਿਆ ਦੀ ਜੜ ਤੇ ਤੁਸੀਂ ਉਹ ਆਪ ਹੀ ਹੋ ਬਿਲਕੁਲ ਬਿਲਕੁਲ ਜੀ ਚਲੋ ਖैर ਸੁਝਾਅ ਤੁਸੀਂ ਸਰਕਾਰ ਤੱਕ ਪਹੁੰਚਾਓ ਜੀ